ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਫਰੀਦਕੋਟ ਤੋਂ ਗੁਰਨਾਮਗੁਰੀ ਕੰਡਾ ਤੇ ਮੇਰੇ ਨਾਲ ਮੇਰਾ ਕੀ ਨਾਮ ਛੋਟਾ ਬ੍ਰਦਰ ਸੁੱਚਾ ਯਾਰ ਟੂ। ਸੁੱਚਾ ਯਾਰ ਟੂ, ਤੁਸੀਂ ਸੁੱਚੇ ਯਾਰ ਦੇ ਕਾਫੀ ਗਾਣੇ ਸੁਣੇ ਹੋਣੇ, ਮੈਂ ਭੁੱਲ ਗਿਆ ਸੀ। ਬਾਲਾ ਜ਼ਿਆਦਾ ਫੇਮਸ ਨਹੀਂ ਗਾ ਪਰ ਫੇਮਸ ਹੋ ਜਾਣਾ ਇਹਨੇ, ਮੇਰਾ ਕਹਿਣ ਦਾ ਮਤਲਬ ਬੰਦਾ ਘੈਂਟ ਹੀ ਹੈ ਇਹ। ਸੁੱਚਾ ਯਾਰ ਟੂ ਯਾਨੀ ਕਿ ਜੇ ਮਤਲਬ ਇਹ ਬੰਦਾ ਟੋਰ ਟੂਰ ਪੂਰੀ ਕੱਢ ਲਏ ਇਹਨੇ, ਕੰਨ 'ਚ ਕੋਕਾ ਤੇ ਪੂਰੀਆਂ ਐਨਕਾਂ, ਮੈਂ ਤਾਂ ਲਾ ਹੀ ਦਿੰਦਾ ਐਨਕਾ ਲਾ ਲਵੇ ਤੇ ਬੰਦਾ ਸੁੱਚੇ ਯਾਰ ਤੋਂ ਘੱਟ ਨਹੀਂ ਗਾ। ਤੁਸੀਂ ਇਹਨੂੰ ਪਛਾਣ ਨਹੀਂ ਲੱਗਦੇ, ਮਾੜਾ ਬੰਦਾ ਕੀ ਚੰਗਾ ਬੰਦਾ ਵੀ ਦੂਰੋਂ ਦੇਖ ਕੇ ਕਹਿ ਦੂਗਾ ਕਿ ਬੰਦਾ ਕਲਾਕਾਰ ਆ ਪੂਰਾ ਘੈਂਟ। ਅੱਛਾ ਜੀ, ਬਹੁਤ ਬਹੁਤ ਸਵਾਗਤ ਕਰਦੇ ਸੁੱਚੇ ਯਾਰ ਜੀ ਤੁਹਾਡਾ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁੱਚੇ ਯਾਰ ਟੂ ਵੱਲੋਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੁੱਚਾ ਯਾਰ ਜੀ ਬਹੁਤ ਗਾਣੇ ਉਹਨਾਂ ਦੇ ਹਿੱਟ ਹੋਏ ਨੇ, ਇੰਨਾ ਕੋਈ ਰੱਖੂੰਗਾ ਸਭ ਤੋਂ ਪਹਿਲਾਂ ਉਹਨਾਂ ਦਾ ਗਾਣਾ ਆਇਆ ਸੀ 2016 ਦੇ ਵਿੱਚ, ਜਿਹੜਾ ਕਿ ਜਨਤਾ ਨੇ ਬਹੁਤ ਕੀਤਾ ਸੀਗਾ, ਬਹੁਤ ਵਧੀਆ ਸੀ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮੇਰੇ ਨਾਲ ਕੀ ਗੱਲਬਾਤ ਕਰਨੀ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ। ਤੁਸੀਂ ਸਾਡੇ ਚੈਨਲ ਮਨੋਰੰਜਨ ਪਿਟਾਰਾ ਵਿਦ ਸੈਲਫੀ ਸਟਾਰ ਦੇ ਵਿੱਚ ਆਏ ਹੋ, ਅੱਜ ਦੇ ਤੁਸੀਂ ਸਟਾਰ ਹੋ, ਦਰਸ਼ਕ ਤੁਹਾਨੂੰ ਦੇਖੀ ਜਾਂਦੇ, ਉਧਰ ਗੱਲ ਕਰੋ ਕੀ ਕਰਨਾ ਹੈ? ਆਪਾਂ ਇੰਟਰਵਿਊ ਕਰਨਾ, ਇੰਟਰਵਿਊ ਕਰਨ ਵਾਸਤੇ ਆਏ ਹਾਂ। ਹਾਂਜੀ ਹਾਂਜੀ, 2016 ਦੇ ਵਿੱਚ ਗਾਣਾ ਆਇਆ ਸੀ ਉਹਨਾਂ ਨੇ, ਇੰਨਾ ਕੋਈ ਰੱਖੂਗਾ, ਵਧੀਆ ਸੀਗਾ। ਬਸ ਗਾਣਾ ਸੁਣਿਆ ਉਹਨਾਂ ਦੇ ਬੋਲ ਸੁਣੇ, ਕਿਉਂਕਿ ਉਹ ਗਾਣਾ ਏਦਾਂ ਦਾ ਸੀਗਾ ਜਿਹਨਾਂ ਨੂੰ ਬੱਚੇ ਤੋਂ ਲੈ ਕੇ ਵੱਡੇ ਤੱਕ ਸੁਣਦੇ ਸੀਗੇ। ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਹੁਣ ਵੀ ਚੱਲ ਰਹੇ ਆ ਉਹਨਾਂ ਦੀ ਲਾਈਫ ਸਟਾਈਲ ਨੂੰ ਦੇਖ ਕੇ। ਤਾਂ ਮੈਂ ਆਪਦਾ ਯਾਨੀ ਕਿ ਉਹਨਾਂ ਦੇ ਮੁੰਗੇ ਸੁੱਚੇ ਯਾਰ ਭਾਜੀ ਨੂੰ ਗੁਰੂ ਕਰ ਲਿਆ ਵਾ, ਸੁੱਚਾ ਯਾਰ ਮਨ ਸੀਗਾ, ਸੁੱਚਾ ਯਾਰ ਟੂ ਵੀ ਆ ਚੁੱਕਿਆ ਤਕਰੀਬਨ। ਉਹਨਾਂ ਦੇ ਗਾਣੇ ਦਾ ਯਾਨੀ ਕਿ ਫੋਲੋ ਬਹੁਤ ਕਰਦਾ, ਉਹਨੂੰ ਕਮਬੈਕ ਬਹੁਤ ਵਧੀਆ ਕਰਦੇ, ਯਾਨੀ ਕਿ ਰਿਸਪੌਂਸ ਬਹੁਤ ਹੁੰਦਾ ਵਾ। ਬਾਕੀ ਸਾਡੇ ਗੁਰਨਾਮ ਭਾਈ, ਹਾਂਜੀ ਹਾਂਜੀ, ਉਹ ਤਾਂ ਤੁਸੀਂ ਬਹੁਤ ਵਧੀਆ ਸੁੱਚੇ ਯਾਰ ਬਾਰੇ ਦੱਸਿਆ, ਤੁਸੀਂ ਆਪਦੇ ਬਾਰੇ ਦੱਸੋ। ਮੈਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਾਉਣ ਲਿਆ, ਤੁਹਾਡੇ ਬਾਰੇ ਪੁੱਛਦੇ ਹਾਂ ਅਸੀਂ। ਹਾਂਜੀ, ਮੇਰੀ ਆਪਣਾ ਯਾਨੀ ਕਿ ਫੇਮਸ ਹੋਵਾਂਗੇ ਤਕਰੀਬਨ, ਮੇਰੀ ਆਪਦੀ ਮੰਡਲੀ ਵੀ ਆ। ਜੇ ਕਿਸੇ ਮੇਰੇ ਵੀਰ ਨੇ ਜਗਰਾਤਾ ਚੁੰਗੀ ਵਗੈਰਾ ਕੁਝ ਕਰਾਉਣਾ ਹੋਵੇ ਤਾਂ ਕਰਵਾ ਸਕਦੇ ਆ। ਉਹਦੇ ਲਈ ਵਿਧੀ ਪੂਰਵਕ ਜਗਰਾਤਾ ਵੀ ਕੀਤਾ ਜਾਂਦਾ। ਮੰਗਲਵਾਰ ਤੇ ਸ਼ਨੀਵਾਰ ਅਸੀਂ ਤਕਰੀਬਨ ਚੁੰਗੀ ਵੀ ਕਰਦੇ ਹਾਂ, ਯਾਨੀ ਕਿ ਪਿਆ ਆਪਣਾ ਬਹੁਤ ਵਧੀਆ ਹੁੰਦਾ ਵਾ। ਚਲੋ, ਇਹ ਤਾਂ ਸੁੱਚਾ ਯਾਰ ਜੀ ਨੇ ਦੱਸਿਆ ਵੀ ਮੰਗਲਵਾਰ ਤੇ ਵੀਰਵਾਰ ਨੂੰ ਚੌਂਕੀ ਵੀ ਕਰਦੇ, ਜੈ ਮਾਤਾ ਦੀ ਸਾਰਿਆਂ ਨੂੰ। ਤੇ ਜੇ ਕਿਸੇ ਨੇ ਕੋਈ ਜਗਰਾਤਾ ਜਾਂ ਕੋਈ ਇੱਦਾਂ ਦਾ ਕੋਈ ਧਾਰਮਿਕ ਪ੍ਰੋਗਰਾਮ ਕਰਾਉਣਾ ਤਾਂ ਇਹਨਾਂ ਦੀ ਮੰਡਲੀ ਨੂੰ, ਇਹਨਾਂ ਨੂੰ ਜ਼ਰੂਰ ਸੰਪਰਕ ਕਰਿਓ। ਅਤੇ ਹੋਰ ਤੁਸੀਂ ਆਪਣੀ ਜ਼ਿੰਦਗੀ ਬਾਰੇ, ਇਸ ਤੋਂ ਇਲਾਵਾ ਮੈਨੂੰ ਯਾਨੀ ਕਿ ਸਟੇਟ ਫੋਰਵਰਡ ਬੰਦਾ ਤੁਹਾਨੂੰ ਪਤਾ, ਜਿਵੇਂ ਕੋਈ ਨਾਂ ਮੇਰੇ ਨਾਂ ਹੁੰਦਾ, ਮੈਂ ਜਿੱਥੇ ਵੀ ਜਾਂਦਾ ਮੈਂ ਇਕੱਲਾ ਜਾਂਦਾ, ਲੁੱਚਾ ਤੋਂ ਲੈ ਕੇ ਭਰਾਵਾਂ ਦਾ ਸਾਥ ਹੈ, ਤਾਂ ਸੁੱਚਾ ਯਾਰ ਤੂੰ ਬਣਿਆ ਵਾ, ਅਦਰਵਾਈਜ਼ ਸੁੱਚਾ ਕੁਝ ਨਹੀਂ ਸੀਗਾ। ਤੁਸੀਂ ਸਾਡੇ ਮਨੋਰੰਜਨ ਪਿਟਾਰਾ ਵਿੱਚ ਸੈਲਫੀ ਸਟਾਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਵਾਸਤੇ ਆਏ ਹਾਂ। ਵੈਸੇ ਸਾਨੂੰ ਛੇਤੀ ਕੋਈ ਇੰਟਰਵਿਊ ਕਰਨ ਵਾਲਾ ਬੰਦਾ ਲੱਭਦਾ ਨਹੀਂ, ਕਿਉਂਕਿ ਅਸੀਂ ਬਹੁਤ ਜ਼ਿਆਦਾ ਫੇਮਸ ਕਲਾਕਾਰ ਹੈ, ਉਹ ਤਾਂ ਸਾਰੇ ਜਾਣਦੇ ਹੀ ਹੈ ਮੇਰੇ ਦਰਸ਼ਕ ਵੀ। ਹਾਂਜੀ, ਤੇ ਹੋਰ ਕੋਈ ਗੱਲਬਾਤ ਆਪਣੀ ਜ਼ਿੰਦਗੀ ਬਾਰੇ? ਬਹੁਤ ਵਧੀਆ ਜ਼ਿੰਦਗੀ ਹੈ ਜੀ, ਬਹੁਤ ਬਸ ਜਨਤਾ ਦਾ ਪਿਆਰ ਹੈ, ਤਾਂ ਸੁੱਚਾ ਯਾਰ ਹੈ, ਬਸ ਇੱਦਾਂ ਹੀ ਚੜਾਓ ਮੇਰੇ ਵੀਰ ਨੂੰ, ਗੁਰਨਾਮ ਭੁੱਲਰ ਗੁਰਨਾਮ ਜੀ ਨੂੰ। ਇਹ ਮੇਰਾ ਵੱਡਾ ਵੀਰ ਵੀ ਹੈ ਜਿਹਨੇ ਰੂਬਰੂ ਸਰਵ ਕੀਤਾ ਤੁਹਾਡੇ, ਰੂਬਰੂ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ।